ਖਾਸ ਸੰਗਤ ਜੀ, ਅੱਜ ਸ਼੍ਰੀ ਅਮਰਦਾਸ ਜੀ ਦਾ ਗੁਰਤਾ ਗੱਦੀ ਦਾ ਦਿਵਸ ਮਨਾਇਆ ਜਾ ਰਿਹਾ 450 ਸਾਲਾਂ, ਅਤੇ ਗੁਰੂ ਰਾਮਦਾਸ ਦਾ ਗੁਰਤਾ ਗੱਦੀ ਦਾ ਦਿਵਸ ਮਨਾਇਆ ਜਾ ਰਿਹਾ ਹੈ। ਤੋ ਸਾਧ ਸੰਗਤ ਅੱਜ ਸਾਰੀਆਂ ਸੰਗਤਾਂ ਸਾਡੀਆਂ ਜਿਹੜੀਆਂ ਨੇ ਕਾਕੂ ਤੋਂ ਕੋਠੇ ਤੋਂ ਲਈਏ ਦਮਲੈਣ ਤੱਕ ਅੱਜ ਜੋ ਨਗਰ ਕੀਰਤਨ ਨੇੜੇ ਹੈ, ਬੜੀ ਖੁਸ਼ੀ ਦਾ ਦਿਨ ਹੈ। ਤੋ ਇਸ ਕਰਕੇ ਪਹਿਲੀ ਦਫਾ ਜਿਹੜਾ ਬਾਰਡਰ ਤੋਂ ਕੰਮ ਸ਼ੁਰੂ ਹੋਇਆ, ਅਸ ਬਹੁਤ ਖੁਸ਼ ਹਾਂ, ਸੰਗਤ ਬਹੁਤ ਖੁਸ਼ ਹੈ। ਅੱਜ ਹਰਨੀਏ ਦੀ ਸੰਗਤ ਨੇ, ਹਰਨੀਏ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਥੇ ਆਈ ਹੈ ਅਤੇ ਸੰਗਤ ਦੀ ਸੇਵਾ ਕੀਤੀ ਹੈ। ਜਿਹੜਾ ਚਾਹ ਪਾਣੀ ਦਾ ਲੰਗਰ ਰੱਖਿਆ, ਤੋ ਬਹੁਤ ਹੀ ਜੋਸ਼ ਹੈ ਸੰਗਤ ਦੇ ਵਿੱਚ। ਤੋ ਮੈਂ ਫਿਰ ਇਸ ਚੈਨਲ ਦੀ ਮੁਬਾਰਕ ਦੇ ਜਿਹੜੇ ਕਿ ਬਾਰਡਰ 'ਤੇ ਆਈਏ ਅਤੇ ਸਾਡੇ ਲੋਕਾਂ ਦੀ ਸੁਧ ਲੈਂਦੇ ਨੇ, ਇੰਨੀਆਂ ਬੇਨਤੀਆਂ ਪ੍ਰਵਾਨ ਕਰੋ। ਨਗਰ ਕੀਰਤਨ ਜੋ ਕਿ ਬਾਰਡਰ ਦੀਆਂ ਸੰਗਤਾਂ ਨੇ ਹੁਣ ਆ ਕੇ ਕਰ ਲਈਆਂ ਹਨ, ਜੋ ਗੁਰੂ ਅਮਰਦਾਸ ਮਹਾਰਾਜ ਜੀ ਦਾ ਜੋਤੀ ਜੋਤ ਦਿਵਸ ਮਨਾ ਰਹੀਆਂ ਹਨ।
ਗੁਰੂ ਰਾਮਦਾਸ ਮਹਾਰਾਜ ਜੀ ਦਾ 450 ਸਾਲਾ ਗੁਰਤਾ ਗੱਦੀ ਦਿਵਸ ਬਣਾ ਰਹੀਆਂ ਹਨ। ਸੋ ਇਹ ਅਰਨੀਗੜ੍ਹ ਦੀਆਂ ਸੰਗਤਾਂ ਨੇ ਬਹੁਤ ਵੱਡਾ ਉਪਰਾਲਾ ਕੀਤਾ, ਜੋ ਕਿ ਆਈਆਂ ਹੋਈਆਂ ਸੰਗਤਾਂ ਦੇ ਵਾਸਤੇ ਚਾਹ ਦੇ ਲੰਗਰ ਲਾਏ ਹਨ। ਇਸ ਕਰਕੇ ਅੱਗੇ ਸਕੂਲ ਦੀਆਂ ਸੰਗਤਾਂ ਨੇ ਲੰਗਰਾਂ ਦੀ ਵਿਵਸਥਾ ਕੀਤੀ ਹੋਈ ਹੈ। ਹਿੰਦੂ ਸੰਗਤਾਂ ਜਾ ਕੇ ਸਕੂਲ ਮੋੜ ਰੁਕਣਗੀਆਂ, ਉੱਥੋਂ ਚਾਲੇ ਪੰਜ ਹੋਈਆਂ ਸ਼ਾਮ ਦੇ ਦੀਵਾਨ ਜੋ ਕਿ ਬਗੈੜ ਗੁਰਦੁਆਰਾ ਵਿਖੇ ਹੋਣਗੇ। ਸੋ ਕੱਲ੍ਹ ਦਾ ਦੀਵਾਨ ਜੋ ਕਿ ਪਹਿਲਾਂ ਸਵੇਰੇ 10 ਵਜੇ ਤੋਂ ਚਾਲੇ ਪਾ ਕੇ ਜੋ ਕਿ 41 ਮੋੜ ਤੱਕ ਜਾਣਗੇ। ਸੋ ਕੱਲ੍ਹ ਦਾ ਦੀਵਾਨ ਜੋ ਕਿ ਪਹਿਲਾਂ 41 ਮੋੜ ਹੋਏਗਾ, 6 ਤਰੀਕ ਸਵੇਰੇ 41 ਮੋੜ ਤੋਂ ਚੱਲ ਕੇ ਡਿਗਿਆਣਾ ਆਸ਼ਰਮ ਗੁਰਦੁਆਰਾ ਤੱਕ ਜੋ ਕਿ ਇਹ ਨਗਰ ਕੀਰਤਨ ਨਿਕਲੇਗਾ। ਸੋ ਇਹਦੇ ਵਿੱਚ ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਹੋਮ ਹਮ ਆ ਕੇ ਦਰਸ਼ਨ ਦੇਣ। ਵਾਹਿਗੁਰੂ ਜੀ ਕਾ ਖਾਲਸਾ।